ਚੰਡੀਗੜ੍ਹ 'ਚ ਟਾਵਰ 'ਚ ਜਿਹੜੇ ਨੌਜਵਾਨ ਨੂੰ ਉਤਾਰਿਆ ਗਿਆ ਹੇਠਾਂ, ਪੁਲਿਸ ਨੇ ਹਾਈਡ੍ਰੋਲਿਕ ਕਰੇਨ ਦੀ ਮਦਦ ਦੇ ਨਾਲ ਉਤਾਰਿਆ। ਜ਼ਮੀਨ ਵਿਵਾਦ ਨੂੰ ਲੈ ਕੇ ਸੀਆਂ ਮਾਨ ਨੂੰ ਮਿਲਣ ਦੀ ਕਰ ਰਿਹਾ ਸੀ ਜ਼ਿੱਦ। ਹਰਿਆਣਾ ਦੇ ਕੈਥਲ 'ਚ ਸਿੱਖ ਸ਼ਖਸ ਦੀ ਕੁੱਟਮਾਰ, ਪਿੱਟ ਦਾ ਇਲਜ਼ਾਮ, ਦੋ ਬਾਈਕ ਸਵਾਰਾਂ ਨੇ ਖਾਲਿਸਤਾਨੀ ਕਹਿ ਕੇ ਕੀਤਾ ਹਮਲਾ। ਮਜੀਠੀਆ ਅਤੇ ਹਲਿੰਗ ਬੋਲੇ, ਇਹ ਕੰਗਣਾ ਦੇ ਸਿੱਖਾਂ ਪ੍ਰਤੀ ਨਫ਼ਰਤੀ ਬਿਆਨਾਂ ਦਾ ਇਹ ਨਤੀਜਾ। ਵੈਨਕੂਵਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਦਾ ਬਿਆਨ, ਸਾਡਾ ਸਟੈਂਡ ਬਿਲਕੁਲ ਸਪਸ਼ਟ, ਕੈਨੇਡਾ 'ਚ ਹਿੰਸਾ ਨੂੰ ਉਤਸ਼ਾਹਿਤ ਕਰਨਾ ਸਵੀਕਾਰ ਨਹੀਂ, ਪਿਛਲੇ ਹਫ਼ਤੇ ਕੱਢੀ ਗਈ ਸੀ ਝਾਕੀ। ਅਮਿਤ ਸ਼ਾਹ ਨੇ ਮੁੜ ਸਾਂਭਿਆ ਗ੍ਰਹਿ ਮੰਤਰਾਲੇ ਦਾ ਜ਼ਿੰਮਾ, JP ਨੱਡਾ ਨੇ ਸਿਹਤ ਵਿਭਾਗ ਦਾ ਸਾਂਭਿਆ ਕਾਰਜਭਾਰ, ਤਾਂ ਮਨੋਹਰ ਲਾਲ ਨੇ ਊਰਜਾ ਮੰਤਰਾਲੇ ਦਾ ਲਿਆ ਚਾਰਜ। ਦੇਸ਼ ਦੇ ਨਵੇਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਸਾਂਭਿਆ ਕਾਰਜਭਾਰ, ਬੋਲੇ ਕਿਸਾਨ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ, ਕਿਸਾਨ ਕਲਿਆਣ ਹੈ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ। ਰਵਨੀਤ ਬਿੱਟੂ ਨੇ ਰੇਲ ਰਾਜ ਮੰਤਰੀ ਵਜੋਂ ਲਿਆ ਚਾਰਜ, ਬੋਲੇ ਰੇਲਵੇ ਅਮੀਰ ਗਰੀਬ ਸਭ ਦੇ ਨਾਲ ਜੁੜਿਆ ਹੋਇਆ ਵਿਭਾਗ, ਤਕਨੀਕ ਦੇ ਇਸਤੇਮਾਲ ਦੇ ਨਾਲ ਵਿਕਾਸ 'ਤੇ ਰਹੇਗਾ ਜ਼ੋਰ। ਸੀਆ ਮਾਨ ਦੀ ਬਿਜਲੀ ਅਤੇ ਨਹਿਰੀ ਵਿਭਾਗ ਦੇ ਨਾਲ ਮੀਟਿੰਗ ਜਾਰੀ, ਝੋਨੇ ਦੀ ਲਵਾਈ ਦੇ ਲਈ ਬਿਜਲੀ ਪਾਣੀ ਦੀ ਸਪਲਾਈ ਨੂੰ ਲੈ ਕੇ ਹੋ ਰਹੀ ਹੈ ਚਰਚਾ। ਸੀਐਮ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਦੀ ਕੀਤੀ ਹੈ ਅਪੀਲ। ਨੀਟ ਕਾਉਂਸਲਿੰਗ 'ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਨੈਸ਼ਨਲ ਟੈਸਟਿੰਗ ਏਜੰਸੀ ਨੂੰ ਜਾਰੀ ਕੀਤਾ ਨੋਟਿਸ, ਕਿਹਾ ਐਗਜ਼ਾਮ ਦੀ ਪਵਿੱਤਰਤਾ ਹੋਈ ਹੈ ਪ੍ਰਭਾਵਿਤ। ਮੋਗਾ ਦੀ 6 ਮਹੀਨੇ ਦੀ ਮਾਸੂਮ ਇਬਾਦਤ ਨੂੰ ਹੈ ਤੁਹਾਡੀ ਮਦਦ ਦੀ ਦਰਕਾਰ, 14.5 ਕਰੋੜ ਦੇ ਟੀਕੇ ਦੇ ਨਾਲ ਫੰਡ ਜੁਟਾ ਰਿਹਾ ਪਰਿਵਾਰ, ਟੀਕੇ ਦੇ ਲਈ ਫੰਡ ਜੁਟਾ ਰਿਹਾ ਪਰਿਵਾਰ, ਗੰਭੀਰ ਬਿਮਾਰੀ ਤੋਂ ਪੀੜਤ ਹੈ ਬੱਚੀ। ਸਿੱਧੂ ਮੂਸੇਵਾਲੇ ਦੇ ਜਨਮਦਿਨ ਮੌਕੇ ਪਿੰਡ ਮੂਸੇ ਦੇ ਵਿੱਚ ਲਗਾਇਆ ਫ੍ਰੀ ਕੈਂਸਰ ਚੈੱਕਅਪ ਕੈਂਪ, ਲੋਕ ਕਲਾਕਾਰ ਪਾਲ ਸਿੰਘ ਸਮਾਓ ਨੇ ਨਿੱਕੇ ਮੂਸੇਵਾਲਾ ਅਤੇ ਮਾਤਾ ਚਰਨ ਕੌਰ ਦੇ ਨਾਲ ਕੱਟਿਆ ਕੇਕ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ, ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ, ਰਵਨੀਤ ਬਿੱਟੂ ਦੇ ਬਹਾਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸੁਨੀਲ ਜਾਖੜ 'ਤੇ ਨਿਸ਼ਾਨਾ ਸਾਧਿਆ ਗਿਆ। BJP ਨੇ ਜਾਖੜ ਮੰਤਰੀ ਕਿਉਂ ਨਹੀਂ ਬਣਾਇਆ, ਸੁਖਜਿੰਦਰ ਰੰਧਾਵਾ ਇਹ ਸਵਾਲ ਕਰ ਰਹੇ ਨੇ। ਉਹਦਾ ਕਹਿਣਾ ਕਿ BJP ਨੇ ਇੱਕ ਸਿੱਖ ਨੂੰ ਕਿਉਂ ਮਿਸਤੀ ਦਿੱਤੀ ਹੈ, ਤੁਸੀਂ ਕਹਿੰਦੇ ਸੀ ਕਾਂਗਰਸ ਨੇ ਹਿੰਦੂ ਹੋਣ ਕਰਕੇ CM ਨਹੀਂ ਬਣਾਇਆ, ਕੀ ਤੁਸੀਂ BJP ਦੇ ਵਿੱਚ ਰਹਿੰਦੇ ਹੋਏ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ? ਸੋ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ, ਗੁਰਦਾਸਪੁਰ 'ਚ ਚੁਣੇ ਗਏ ਨਵੇਂ MP ਨੇ, ਨਵੇਂ ਸੰਸਦ ਮੈਂਬਰ ਨੇ ਕਾਂਗਰਸ ਪਾਰਟੀ ਦੇ, ਤਾਂ ਸੁਨੀਲ ਜਾਖੜ ਜਿਹੜੇ ਕਿ ਪਹਿਲਾਂ ਲੰਬਾ ਸਮਾਂ ਕਾਂਗਰਸ ਪਾਰਟੀ ਦਾ ਹਿੱਸਾ ਰਹੇ, ਜੋ ਅੱਜ ਦੀ ਰੇਟ ਦੇ ਵਿੱਚ ਪੰਜਾਬ BJP ਦੇ ਪ੍ਰਧਾਨ ਨੇ, ਤਾਂ ਉਹਨਾਂ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਏ ਨੇ ਸੁਖਜਿੰਦਰ ਰੰਧਾਵਾ। ਰੰਧਾਵਾ ਦਾ ਕਹਿਣਾ ਕਿ BJP ਨੇ ਜਾਖੜ ਮੰਤਰੀ ਕਿਉਂ ਨਹੀਂ ਬਣਾਇਆ, BJP ਨੇ ਇੱਕ ਸਿੱਖ ਨੂੰ ਕਿਉਂ ਮਿਨਿਸਟਰੀ ਦਿੱਤੀ ਹੈ, ਤੁਸੀਂ ਕਹਿੰਦੇ ਸੀ ਕਾਂਗਰਸ ਨੇ ਹਿੰਦੂ ਹੋਣ ਕਰਕੇ CM ਨਹੀਂ ਬਣਾਇਆ, ਕੀ ਤੁਸੀਂ BJP ਦੇ ਵਿੱਚ ਰਹਿੰਦੇ ਹੋਏ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ? ਦਰਅਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਜਨਾਬ ਸੁਨੀਲ ਜਾਖੜ ਜੀ, ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ ਕਾਂਗਰਸ ਨੇ ਮੈਨੂੰ ਹਿੰਦੂ ਹੋਣ ਕਰਕੇ CM ਨਹੀਂ ਬਣਾਇਆ, ਪਰ ਹੁਣ ਭਾਜਪਾ ਨੇ ਤੁਹਾਨੂੰ ਮਿਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਕਿਉਂ ਮਿਨਿਸਟਰੀ ਦਿੱਤੀ ਹੈ? ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ BJP ਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ, ਇਹ ਸਿੱਧੇ ਤੌਰ 'ਤੇ ਸਵਾਲ ਕਰ ਰਹੇ ਨੇ ਸੁਖਜਿੰਦਰ ਰੰਧਾਵਾ ਸੁਨੀਲ ਜਾਖੜ। ਰੁੱਖ ਕਰਾਂਗੇ ਅਗਲੀ ਵੱਡੀ ਖਬਰ ਦਾ। ਕੈਥਲ ਦੇ ਵਿੱਚ ਇੱਕ ਸਿੱਖ ਸ਼ਖਸ ਦੀ ਕੁੱਟਮਾਰ ਕੀਤੀ ਗਈ ਹੈ, ਪੀੜਤ ਸ਼ਖਸ ਨੇ ਇਲਜ਼ਾਮ ਲਗਾਇਆ ਕਿ ਦੋ ਬਾਈਕ ਸਵਾਰਾਂ ਨੇ ਮੈਨੂੰ ਖਾਲਿਸਤਾਨੀ ਕਿਹਾ, ਇਹ ਕਿਹਾ ਗਿਆ ਕਿ ਉਹ ਖਾਲਿਸਤਾਨੀ
ਬਾਈਕ ਪਿੱਛੇ ਕਰ ਖਾਲਿਸਤਾਨੀ ਕਹਿਣ 'ਤੇ ਦਰਅਸਲੇ ਪੂਰਾ ਵਿਵਾਦ ਹੋਇਆ ਜੋ ਪੀੜਤ ਦੇ ਵੱਲੋਂ ਕਿਹਾ ਜਾ ਰਿਹਾ। ਪੀੜਤ ਦਾ ਇਹ ਵੀ ਇਲਜ਼ਾਮ ਹੈ ਕਿ ਇੱਟਾਂ ਦੇ ਨਾਲ ਮੇਰੇ 'ਤੇ ਹਮਲਾ ਕੀਤਾ ਗਿਆ। ਹਰਿਆਣਾ ਦੇ ਕੈਥਲ ਦੇ ਨਾਲ ਜੁੜੀ ਦਰਅਸਲੇ ਵੱਡੀ ਖਬਰ ਹੈ ਕਿ ਇੱਥੇ ਇੱਕ ਸ਼ਖਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸਦੇ ਬਾਅਦ ਪੀੜਤ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਦੋ ਬਾਈਕ ਸਵਾਰਾਂ ਨੇ ਪਹਿਲਾਂ ਉਸ ਨੂੰ ਖਾਲਿਸਤਾਨੀ ਕਿਹਾ। ਇਹ ਕਿਹਾ ਗਿਆ ਕਿ ਉਹ ਖਾਲਿਸਤਾਨੀ ਬਾਈਕ ਪਿੱਛੇ ਕਰ ਅਤੇ ਖਾਲਿਸਤਾਨੀ ਕਹਿਣ 'ਤੇ ਪੂਰਾ ਵਿਵਾਦ ਹੋਇਆ ਅਤੇ ਇੱਟਾਂ ਦੇ ਨਾਲ ਮੇਰੇ 'ਤੇ ਹਮਲਾ ਕੀਤਾ ਗਿਆ ਜੋ ਪੀੜਤ ਵੱਲੋਂ ਇਲਜ਼ਾਮ ਲਗਾਏ ਗਏ ਨੇ। ਮੈਂ ਆਪਣਾ ਰਾਤ 9:50 ਮੈਂ ਆਪਣਾ ਸ਼ੋਰੂਮ ਵਡਾਇਆ ਅਤੇ 9:54 ਮੈਂ ਆਪਣਾ ਫਾਟਕ 'ਤੇ ਚਲਾ ਗਿਆ। ਵਾਂ ਦੋ ਲੜਕੇ ਖੜ੍ਹੇ ਅਤੇ ਫਾਟਕ ਬੰਦ ਤਾ ਤੋ ਮੇਰੇ ਕੋਲ ਉਹਨੇ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿਆ। ਤੋ ਮੈਂ ਬਈ ਐਸਾ ਕਿ ਬੋਲ ਰਿਹਾ ਤੂੰ? ਤੋ ਉਸਕੇ ਬਾਅਦ ਮਾਰੀ ਕਾ ਸੁਣੀ ਉੱਥੇ ਫਾਟਕ ਖੁੱਲ੍ਹ ਗਿਆ ਤੋ ਅੱਗੇ ਵੀ ਜਾ ਕੇ ਐਸੀ ਬੋਲਦੇ ਰਹੇ ਤੋ ਉਹਨਾਂ ਨੇ ਮੇਰੇ ਕੋਲ ਗਾਲੀਆਂ ਦੇਣੀ ਸ਼ੁਰੂ ਕਰ ਦੀ। ਤੋ ਰਸਤੇ ਮੈਂ ਰੁਕ ਕੇ ਹਾਂ, ਉਹ ਰੁਕ ਗਏ, ਇੱਕ ਬੰਦਾ ਉਤਰ ਕੇ ਮੇਰੇ 'ਤੇ ਹੱਥ ਸਫਾਈ ਕਰਦੀ, ਮੈਂ ਵੀ ਆਪਣਾ ਉਤਰ ਗਿਆ। ਤੋ ਦੂਸਰੇ ਨੇ ਮੇਰੇ 'ਤੇ ਪਿੱਛੇ ਇੰਟੋ ਸੇ ਵਾਰ ਕਰ ਦੀ ਆ, ਬੋਲੇ ਕਿ ਹਮ 84 ਵਾਲਾ ਕੰਮ ਕਰਕੇ ਦਿਖਾਏਂਗੇ ਆਪੋ, ਬਈ 84 ਬੁਲਾ ਦੇਂਗੇ। ਅਰ ਇਹ ਕਤਲ ਮੈਂ ਪਹਿਲੇ ਵੀ ਕਿਹਾ ਵੀ ਉਸ ਚੀਜ਼ ਸਦਾ ਹੋਰ ਮਿਲ ਜਾਏਗੀ, ਮੇਰੇ ਕੋਲ ਕੋਈ ਬਾਤ ਨਹੀਂ ਹੈ। ਬਸ ਇਹ ਬਾਤ ਕਹਿ ਕੇ ਪੀਟ ਕੇ ਉਹ ਚਲੇ ਗਏ ਜੀ। ਮੈਂ ਸਰ ਸ਼ੋਰੂਮ ਆਪਣਾ ਮੇਰੇ ਸਿਰ 'ਤੇ ਸਰ ਇੰਟੇ ਮਾਰੀ। ਮੈਂ ਰਾਤ ਕੋ ਤਕਰੀਬਨ 9:45 ਵਜੇ ਕੇ ਆਸ ਪਾਸ, ਮੈਂ 19 ਸੈਕਟਰ ਕੀ ਜੋ ਮਾਰਕੀਟ ਹੈ ਮੈਂ ਉਸੇ ਘਰ ਕੀ ਤਰਫ ਜਾ ਰਹਾ ਥਾ, ਤੋ ਡੀ ਸੀ ਸਾਹਿਬ ਕੀ ਕੋਠੀ ਕੇ ਪਾਸ ਜੋ ਮੋੜ ਹੈ ਤੋ ਮੈਂ ਦੇਖਾ ਕਿ ਵਹਾਂ ਪਰ ਕੁਛ ਲੋਕ ਇਕੱਠਾ ਹੋਏ ਥੇ, ਤੋ ਮੈਂ ਫਿਰ ਗਾੜੀ ਰੋਕੀ, ਮੈਨੇ ਦੇਖਾ ਕਿ ਦੋ ਲੜਕੇ ਥੇ ਤੋ ਇੱਕ ਸਰਦਾਰ ਜੀ ਥੇ ਤੋ ਉਸਕੋ ਮਾਰ ਰਹੇ ਥੇ, ਤੋ ਮੈਂ ਉਤਰ ਕੇ ਗਿਆ। ਮੈਨੂੰ ਲਗਾ ਪਹਿਲੇ ਉਹਨਾਂ ਹੱਥ ਮੈਂ ਕੋਈ ਹਥਿਆਰ ਹੈ, ਤੋ ਮੈਂ ਵੀ ਥੋੜ੍ਹਾ ਸਾ ਡਰਾ, ਲੇਕਿਨ ਫਿਰ ਮੈਨੇ ਹਿੰਮਤ ਜੁਟਾਈ ਤੋ ਮੈਂ ਪਾਸ ਮੈਂ ਕਿਹਾ ਤੁਹਾਨੂੰ ਹੱਥ ਮੈਂ ਬਲੋਕਸ ਥੀ, ਉਹ ਬਲੋਕਸ ਹੋਤੀ ਹੈ ਜੋ ਇੰਟ ਵਾਲੇ, ਤੋ ਉਸਕੋ ਸਿਰ ਮੈਂ ਉਸਕੋ ਮਾਰ ਰਹੇ ਥੇ ਬਹੁਤ ਬੁਰੀ ਤਰ੍ਹਾਂ ਸੇ, ਤੋ ਮੈਨੇ ਉਹ ਪਾਸ ਮੈਂ ਜਾ ਕੇ ਉਹਨਾਂ ਕੋ ਛੁਟਵਾਇਆ, ਮੈਂ ਸਰਦਾਰ ਜੀ ਕੋ ਛੁਟਵਾਇਆ ਉਹਨਾਂ ਸੇ, ਮੈਨੂੰ ਇੰਟ ਛੀਨੀ, ਮੈਨੇ ਉਹ ਇੰਟ ਫਿਕਵਾਈ ਉਹਨਾਂ ਕੀ, ਤੋ ਉਹ ਜਾਤੇ ਉਹ ਬਲਕਿ ਉਸਕੋ ਇਹ ਵੀ ਬੋਲ ਰਹੇ ਥੇ ਸਰਦਾਰ ਜੀ ਕੋ, ਮੈਂ ਬੜਾ ਮੈਨੂੰ ਦਰਦ ਮਹਿਸੂਸ ਹੋਇਆ ਇਸ ਬਾਤ ਕਾ ਕਿ ਬਈ ਖਾਲਿਸਤਾਨੀ ਹੋ ਆਪ ਔਰ ਜਾਤੇ ਹੋਏ ਉਹਨੇ ਜਬ ਭਾਗੇ ਹੋ ਤੋ ਉਹਨੇ ਇਹ ਬੋਲਾ ਕਿ 84 ਵਾਲਾ ਹਾਲ ਕਰ ਦੇਂਗੇ, ਤੋ ਮੈਨੂੰ ਲਗਾ ਕਿ ਮਾਮਲਾ ਗੰਭੀਰ ਹੈ ਜਿਸ ਤਰੀਕੇ ਸੇ ਉਨਕੀ ਜੋ ਵਰਡਿੰਗ ਥੀ, ਤੋ ਮੈਨੇ ਮੌਕੇ ਪਰ ਫਿਰ SP ਮੈਡਮ ਕੋ ਫੋਨ ਕੀਆ, ਤੋ ਮੈਡਮ ਨੇ ਫੋਨ ਉਠਾਇਆ, ਤਬੀ ਤੁਰੰਤ ਮੈਡਮ ਨੇ ਐਕਸ਼ਨ ਲਿਆ, SHO ਕੋ ਬੋਲਾ, SHO ਮੈਡਮ ਵੀ ਮੌਕੇ ਪਰ ਆਈ, ਤਬੀ 5 ਮਿੰਟ ਕੇ ਅੰਦਰ 3-4 ਗਾੜੀਆਂ ਪੁਲਿਸ ਕੀ ਵੀ ਆਈ, ਸਰਦਾਰ ਜੀ ਕੋ ਹੋਸਪਿਟਲ ਲੈ ਕੇ ਗਏ, ਉਹ ਛੁਟਵਾਉਣ ਕੋ ਕੋਸ਼ਿਸ਼ ਵੀ ਕੀ, ਮੈਨੇ ਬਤਾਇਆ ਕਿ ਉਹ ਬਿਆਨ ਰੋਡ ਕੀ ਤਰਫ ਭਾਗੇ ਹੈ ਉਹ ਜੋ ਦੋ ਲੜਕੇ ਥੇ, ਲੇਕਿਨ ਪੁਲਿਸ ਉਨਕੀ ਛਾਣਬੀਨ ਕਰ ਰਹੀ ਹੈ। ਪ੍ਰੀਲਿਮਿਨਰੀ ਇਨਕੁਆਇਰੀ ਮੇਂ ਜੋ ਬਾਤ ਸਾਹਮਣੇ ਆਈ ਹੈ ਵੋ ਯੇ ਬਾਤ ਸਾਹਮਣੇ ਆਈ ਕਿ ਫਾਟਕ ਕੇ ਪਾਸ ਬਾਈਕ ਔਰ ਐਕਟਿਵਾ ਪੇ ਯੇ ਥਾ, ਤੋ ਇਨਕਾ ਝਗੜਾ ਹੁਆ ਹੈ, ਅਭੀ ਸਥਿਤੀ ਕੁਛ ਵੀ ਸਪਸ਼ਟ ਨਹੀਂ ਹੈ, ਇਸਕੇ ਬਾਰੇ ਮੇਂ ਹਮਾਰੀ ਇਨਕੁਆਇਰੀ ਜਾਰੀ ਹੈ। ਕੋਈ ਗਾਡੀ ਕਾ ਨੰਬਰ, ਕੋਈ ਆਰੋਪੀ ਕੀ ਪਹਿਚਾਣ? ਅਭੀ CCTV ਕੈਮਰੇ ਖੰਗਾਲੇ ਜਾ ਰਹੇ ਹੈ, ਲੇਕਿਨ ਅਭੀ ਸਪਸ਼ਟ ਕੋਈ ਫੁਟੇਜ ਹਮੇਂ ਨਹੀਂ ਮਿਲੀ ਹੈ, ਥੋੜਾ ਬਹੁਤ ਕਲੂ ਮਿਲੇ ਹੈ, ਲੇਕਿਨ ਉਸ ਪੇ ਪੁਲਿਸ ਕਾਮ ਕਰ ਰਹੀ ਹੈ। ਸ਼ਿਕਾਇਤ ਮੇਂ ਕਿਆ ਆਰੋਪ ਲਗਾਇਆ? ਸ਼ਿਕਾਇਤ ਅਭੀ ਕੰਪਲੇਨੈਂਟ ਕੀ ਤਰਫ ਸੇ ਹਮੇਂ ਮਿਲੀ ਨਹੀਂ ਹੈ, ਔਰ ਰਾਤ ਕੰਪਲੇਨੈਂਟ ਨੇ ਵੀ ਥੋੜੀ ਡੀਪ ਡ੍ਰਿੰਕ ਕਰ ਰੱਖੀ ਸੀ, ਤੋ ਉਸਨੇ ਸੁਬਹ ਤੱਕ ਕਾ ਸਮਾਂ ਲਿਆ ਥਾ, ਜਗਹ ਹੈ ਜਹਾਂ ਪਰ ਰਾਤ ਝਗੜਾ ਹੁਆ ਥਾ। ਯੇ ਬਸ ਸਟੈਂਡ ਕੀ ਤਰਫ ਸੇ, ਫਾਟਕ ਕੀ ਤਰਫ ਸੇ ਯੇ ਸੜਕ ਆ ਰਹੀ ਹੈ, ਔਰ ਇਸ ਤਰਫ ਅਗਰ ਮੈਂ ਬਾਤ ਕਰੂੰ ਤੋ ਯੇ DC ਨਿਵਾਸ ਕੀ ਤਰਫ, ਯੇ ਸੜਕ ਜੋ ਹੈ DC ਨਿਵਾਸ ਕੀ ਤਰਫ ਜਾ ਰਹੀ ਹੈ, ਯਹੀ ਕੁਛ ਹੀ ਕਦਮੋ ਕੀ ਦੂਰੀ ਪੇ DC ਨਿਵਾਸ ਹੈ, ਕੈਂਪ ਆਫਿਸ ਹੈ, ਇਸਕੇ ਇਲਾਵਾ ਉਸੇ ਥੋੜ੍ਹਾ ਸਾ ਆਗੇ ਹਮ ਅਗਰ ਬਾਤ ਕਰੇਂ ਤੋ ਜੋ ਜੱਜ ਹੈ ਉਨਕੇ ਨਿਵਾਸ ਸਥਾਨ ਹੈ, ਤਮਾਮ ਜੋ ਆਫਿਸਰਸ ਹੈ ਉਨਕੇ ਨਿਵਾਸ ਸਥਾਨ ਵੀ ਇਧਰ ਹੀ ਹੈ।
बात करें सरदार सुखविंदर सिंह जो दुकान बंद करके अपने घर के लिए जा रहे थे, तो यहाँ पर इसी जगह पर दो बाइक सवार आते हैं। सरदार सुखविंदर सिंह स्कूटी पर थे, तो वो दोनों जो बाइक सवार हैं उनको जिस तरह से सरदार सुखविंदर सिंह ने आरोप लगाए हैं कि उनको खालिस्तानी बोला, जिसके बाद उन्होंने आपत्ति जताई सरदार सुखविंदर सिंह ने, जिसके बाद तमाम ये जो झगड़ा है वो बढ़ता गया और जो वो दो बाइक सवार थे उन्होंने सरदार सुखविंदर सिंह के साथ मारपीट की। यहीं पर वो घटना हुई और सरदार सुखविंदर सिंह को उन्होंने नीचे सड़क पर गिराया हुआ था और लगातार जो ईंटें हैं वो उसके माथे पर ये सिर में ईंटें मारी, जिसके बाद एक जो चश्मदीद है राजू पाई उन्होंने उसे छुड़वाया, जिसके बाद वो धमकी देते हुए यहाँ से फरार हो गए। क्योंकि अगर बात करें उन्होंने धमकी में ये भी कहा है कि हम 84 वाली घटना की जो याद है वो दिला देंगे, कहीं ना कहीं सरदार सुखविंदर सिंह के द्वारा जो आरोप है वो बड़े आरोप कहीं ना कहीं हम कह सकते हैं। जो थाना प्रभारी है शीला, उन्होंने बताया कि फिलहाल कोई मामला दर्ज नहीं किया गया है क्योंकि जो सरदार सुखविंदर सिंह हैं उनका इलाज चल रहा है, उनकी तरफ से कोई लिखित में शिकायत नहीं दी गई है। लेकिन उन्होंने ये स्थिति जरूर स्पष्ट की है कि रात वो मौके पर पहुंचे थे, इसी जगह जब घटना हुई थी तो पुलिस मौके पर पहुंची थी और जितने भी आसपास के एरिया में यहाँ पर या फिर हम कह सकते हैं जो डांड रोड पर CCTV जितने भी लगे हैं वो CCTV फुटेज पुलिस के द्वारा खंगाली जा रही है। ਕੈਥਲ ਦੇ ਵਿੱਚ ਸਿੱਖ ਸ਼ਖਸ ਤੇ ਹਮਲੇ ਤੇ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਦਲ ਤੇ ਕਾਂਗਰਸ ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਇਹ ਕੰਗਨਾ ਰਣੌਤ ਦੀ ਬਿਆਨਬਾਜ਼ੀ ਦਾ ਨਤੀਜਾ ਹੈ। ਵਿਕਰਮ ਅਜੀਠੀਆ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਕੰਗਨਾ ਰਣੌਤ ਦੀ ਬਿਆਨਬਾਜ਼ੀ ਦਾ ਨਤੀਜਾ ਹੈ। ਕੰਗਨਾ ਸਿੱਖ ਭਾਈਚਾਰੇ ਖਿਲਾਫ਼ ਨਫ਼ਰਤ ਫੈਲਾ ਰਹੀ ਹੈ। ਇਹ ਸਭ 84 ਵੱਲ ਵੱਧ ਰਿਹਾ ਹੈ। ਇਸ ਵਾਰ BJP ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਵਿਕਰਮ ਅਜੀਠੀਆ ਦੇ ਵੱਲੋਂ BJP ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਕੰਗਨਾ ਅਤੇ BJP ਵੱਲੋਂ ਨਫ਼ਰਤ ਭਰੇ ਭਾਸ਼ਣਾਂ ਦਾ ਇਹ ਨਤੀਜਾ ਹੈ। ਰਾਜਾ ਵੜਿੰਗ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਇਹ ਜੰਗਲ ਦੀ ਅੱਗ ਵਾਂਗ ਨਾ ਫੈਲੇ। ਸੋ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਹਰਿਆਣਾ ਦੇ ਕੈਥਲ ਦੇ ਵਿੱਚ ਸਿੱਖ ਨੌਜਵਾਨ 'ਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਇਹ ਹੇਟ ਕ੍ਰਾਈਮ ਸਿੱਖ ਭਾਈਚਾਰੇ ਖਿਲਾਫ਼ ਕੰਗਨਾ ਰਣੌਤ ਵੱਲੋਂ ਕੀਤੀ ਗਲਤ ਬਿਆਨਬਾਜ਼ੀ ਦਾ ਨਤੀਜਾ ਹੈ। BJP ਹਾਈਕਮਾਂਡ ਕੰਗਨਾ ਦੇ ਵੱਲੋਂ ਟਵੀਟਸ ਦੇ ਜ਼ਰੀਏ ਸਿੱਖ ਭਾਈਚਾਰੇ ਖਿਲਾਫ਼ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਲਵੇ ਅਤੇ ਸਿੱਖਾਂ ਨੂੰ ਟਾਰਗੇਟ ਕੀਤੇ ਜਾਣ ਨੂੰ ਲੈ ਕੇ ਤੁਰੰਤ ਕਦਮ ਚੁੱਕੇ। ਜੇ ਤੁਰੰਤ ਐਕਸ਼ਨ ਨਾ ਲਿਆ ਗਿਆ ਤਾਂ ਇਹ ਜੰਗਲ ਦੀ ਅੱਗ ਵਾਂਗ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਫੈਲ ਸਕਦੀ ਹੈ। ਇਹ ਸਭ 1984 ਵੱਲ ਵੱਧ ਰਿਹਾ ਜਦੋਂ ਕਾਂਗਰਸੀਆਂ ਦੀ ਅਗਵਾਈ ਵਾਲੀ ਭੀੜ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਵਾਰ ਭਾਜਪਾ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਦੇ ਵਿੱਚ ਹਾਰ ਤੋਂ ਬਾਅਦ ਕੁਲਦੀਪ ਧਾਲੀਵਾਲ ਦਾ ਬਿਆਨ ਆਇਆ। ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਧੋਖਾ ਹੋਇਆ, ਧੋਖਾ ਦੇਣ ਵਾਲਿਆਂ ਨੂੰ ਪਹਿਚਾਨਣ ਦੀ ਲੋੜ ਹੈ। ਡਰਾਮੇਬਾਜ਼ੀ ਛੱਡ ਕੇ ਗਰਾਊਂਡ 'ਤੇ ਕੰਮ ਕਰੋ, ਅਸੀਂ ਤਾਂ ਪਾਰਟੀ ਬਚਾਉਣੀ ਹੈ। ਸਿਆਸੀ ਮਜਬੂਰੀ ਹੁੰਦੀ ਆ, ਧੋਖੇਬਾਜ਼ਾਂ ਦੇ ਨਾਲ ਵੀ ਤੁਰਨਾ ਪੈਂਦਾ। ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਕੈਬਨਿਟ ਮੰਤਰੀ ਨੇ, ਲੋਕ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਹਾਲਾਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਅਦ ਕੁਲਦੀਪ ਧਾਲੀਵਾਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਇਸ ਬਿਆਨ ਦੇ ਆਪਣੇ ਆਪ ਵਿੱਚ ਬਹੁਤ ਸਾਰੇ ਮਾਇਨੇ ਕੱਢੇ ਜਾ ਸਕਦੇ ਨੇ, ਕਿਉਂਕਿ ਧਾਲੀਵਾਲ ਕਹਿ ਰਹੇ ਨੇ ਕਿ ਸਾਡੇ ਨਾਲ ਧੋਖਾ ਹੋਇਆ, ਧੋਖਾ ਦੇਣ ਵਾਲਿਆਂ ਨੂੰ ਪਹਿਚਾਨਣ ਦੀ ਲੋੜ ਹੈ, ਡਰਾਮੇਬਾਜ਼ੀ ਛੱਡ ਕੇ ਗਰਾਊਂਡ 'ਤੇ ਕੰਮ ਕਰੋ। ਇਹ ਵੀ ਕਹਿ ਰਹੇ ਨੇ ਕਿ ਸਿਆਸੀ ਮਜਬੂਰੀ ਹੁੰਦੀ ਹੈ, ਧੋਖੇਬਾਜ਼ਾਂ ਦੇ ਨਾਲ ਵੀ ਤੁਰਨਾ ਪੈਂਦਾ।
ਪਾਰਟੀ ਦਾ ਨਾਮ ਜੁੜਨਾ, ਜਿਹੜੇ ਬੰਦੇ ਬੰਦਿਆਂ ਨਾਲ ਜੁੜਨਗੇ ਉਹਨਾਂ ਦਾ ਅੱਜ ਵੀ ਭਵਿੱਖ ਨਾਰਾਜ਼ ਹੈ, ਕੱਲ੍ਹ ਵੀ ਭਵਿੱਖ ਨਾਰਾਜ਼ ਹੈ। ਲੋਕ ਪਾਰਟੀ ਅਰਵਿੰਦ ਕੇਜਰੀਵਾਲ ਨੇ ਬਣਾਈ ਹੈ, ਪਾਰਟੀ ਅਰਵਿੰਦ ਕੇਜਰੀਵਾਲ ਜੀ ਨੇ ਬਣਾਈ ਹੈ, ਭਗਵੰਤ ਮਾਨ ਜੀ ਨੇ ਬਣਾਈ ਹੈ। ਇਹ ਗੱਲ ਪਾਰਟੀ ਨੂੰ ਏਦਾਂ ਬਣਦਾ, ਪਲਾਟ ਕਲੋਨੀ ਕੱਟੀ ਦੇ, ਆਹ ਪਲਾਟ ਮੇਰਾ ਜੀ, ਆਹ ਪਲਾਟ ਇਹਦਾ ਜੀ, ਆਹ ਪਲਾਟ ਉਹਦਾ ਜੀ, ਕਲੋਨੀਆਂ ਦੇ ਕੱਟਣ ਦੇ ਆ ਕੇ ਕਿਸੇ ਨੂੰ ਭਾਵੇਂ ਜੋ ਮਰਜ਼ੀ ਹੋਵੇ। ਡਰਾਮੇਬਾਜ਼ੀ ਬੰਦ ਕਰੋ ਯਾਰ, ਥੱਲੇ ਜਾਓ ਗਰਾਊਂਡ 'ਤੇ ਜਾਓ, ਸਾਥੀ ਗਰਾਊਂਡ 'ਤੇ ਜੀਰੋ 'ਤੇ, ਆਪਾਂ ਗਰਾਊਂਡ 'ਤੇ ਨਹੀਂ ਜਾਏ ਐਵੇਂ ਨਾ ਮਾਰੀ ਦਿਓ, ਆਪਣੇ ਆਪ ਨਾ ਆਪਣਾ ਆਪ ਦੇਖੋ ਜਰਾ। ਦੁਸ਼ਮਣ ਤੈਅ ਕਰੂਗਾ ਪਹਿਲਾਂ ਆਪਣਾ ਕਿਲਾ ਸਾਰ ਕੇ ਰੱਖਿਆ, ਜਿੰਨਾ ਜਿੰਨਾ ਮਰਜ਼ੀ ਤੈਅ ਕਰ ਲਓ, ਆਪਣੇ ਕਿਲੇ ਮਜ਼ਬੂਤ ਕਰੋ, ਕਿਲੇ 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 ਮਜ਼ਬੂਤ ਕਰੋ, ਗੱਲਾਂ ਨਾ ਕਰੋ, ਕਿਲੇ ਦੀ ਲੋੜ ਹੈ। ਇਲੈਕਸ਼ਨ ਦੇ ਵਿੱਚ ਸ਼ਰਾਬਾਂ ਵੀ ਵੰਡੀਆਂ ਜਾਂਦੀਆਂ, ਪੈਸਾ ਵੀ ਵੰਡਿਆ ਜਾਂਦਾ, ਉਹ ਤਾਂ ਵੰਡਦੇ ਆ, ਉਹਨਾਂ ਦਾ ਤਾਂ ਕੰਮ ਹੀ ਹੈ, ਉਹਨਾਂ ਵੰਡਣਾ ਹੀ ਵੰਡਦਾ। ਕਾਂਗਰਸ ਨੇ, ਅਕਾਲੀਆਂ ਨੇ, ਬੀਜੇਪੀ ਵਾਲਿਆਂ ਨੇ 16 ਰੁਪਈਏ ਵੰਡੇ, ਕੱਲ੍ਹ ਨੂੰ ਕੋਈ ਦੱਸ ਲਿਆ ਸੀਗਾ, ਅਤੇ ਬੀਜੇਪੀ ਵਾਲਿਆਂ ਨੇ 35 ਕਰੋੜ ਰੁਪਈਆ ਵੰਡਿਆ, ਉਹ ਵੰਡਣਗੇ ਸਰ, ਕੋਈ ਗੱਲ ਨਹੀਂ। ਉਦੋਂ ਤੋਂ ਬਚਣਾ ਕਿੱਦਾਂ, ਇਹੀ ਨਹੀਂ ਸੋਚਣਾ, ਕਹਿੰਦੇ ਪਾਰਟੀ ਬਚਾਉਣੀ ਹੈ, ਪਾਰਟੀ ਕਰਕੇ ਤੁਹਾਨੂੰ ਇਲੈਕਸ਼ਨ ਲੜਨੀ ਪਊਗੀ। ਆਪਾਂ ਇਲੈਕਸ਼ਨ ਲੜੇ 5 ਸਾਲ 21,000 ਦੇ ਕਰੀਬ ਵੋਟ ਪਈ, ਸਿਰਫ 21,000, ਆਪਾਂ 5 ਸਾਲਾਂ 'ਚ ਕਿੱਥੇ ਆ ਗਏ। 5 ਸਾਲ ਦੇ ਵਿੱਚ ਸਰ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ 115,000 ਤੇ ਆਏ। ਸਾਡੇ ਖਿਲਾਫ ਕਿਹੜਾ ਕਿਹੜਾ ਵੱਡਾ ਮੋਰਚਾ ਸੀਗਾ, ਤੁਸੀਂ ਸੋਚਿਆ ਆਪਾਂ ਨੂੰ ਸਿਰਫ 22,000 ਵਿੱਚ 22,000 ਵੋਟਾਂ ਦੀ ਔਨ ਲੋੜ ਸੀ। ਜੇ ਆਪਾਂ ਜੇ ਆਪਣਾ ਜੇ ਤੁਸੀਂ ਤਾਂ ਆਪਾਂ ਨੂੰ 22,000 ਵੋਟ ਦੀ ਲੋੜ ਸੀ, ਬਹੁਤੀ ਕੋਈ ਲੰਮੀ ਚੌੜੀ ਗੱਲ ਨਹੀਂ। ਆਪਾਂ ਸਰ ਇਹ ਹੈ ਵੇਖਣ, ਮੈਨੂੰ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਮਜ਼ਬੂਰੀਆਂ ਹੁੰਦੀਆਂ, ਇਹਦਾ ਸਿਰੇ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ, ਪਰ ਮਜ਼ਬੂਰੀ ਪੋਲੀਟੀਕਲ ਮਜ਼ਬੂਰੀਆਂ ਹੁੰਦੀਆਂ, ਉੱਥੇ ਬਾਰਾਂ ਨਾਲ ਵੀ ਪੈਰ ਦਾ ਪੈਰ ਲਾ ਕੇ ਤੁਰਨਾ ਪੈਂਦਾ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਬੰਦਾ ਧੋਖਾ ਕਰਦਾ ਸਰ, ਉਹ ਦੂਜੇ ਦਾ ਨੁਕਸਾਨ ਘੱਟ ਕਰਦਾ, ਆਪਣਾ ਨੁਕਸਾਨ ਖੁਦ ਕਰਦਾ। ਉਹ ਜਿਨ੍ਹਾਂ ਨੇ ਇਸ ਇਲੈਕਸ਼ਨ 'ਚ ਧੋਖਾ ਕੀਤਾ, ਸੋਚੋ ਨਹੀਂ ਤੁਸੀਂ ਐਵੇਂ ਉਹ ਜੀ 5 ਸਾਲ ਦੇ ਆਹ ਕਸਤਾ ਜੀ, ਆਹ ਕਸਤਾ ਜੀ, ਆਪਾਂ ਤੀਜੇ ਨੰਬਰ 'ਤੇ ਆ ਗਏ ਯਾਰ, ਉੱਥੇ 60,000 ਵੋਟ ਕਿੱਥੇ, 11,000। ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ। ਸੁੰਦਰ ਸ਼ਾਮ ਅਰੋੜਾ ਨੂੰ ਮਿਲੇ ਨੇ ਪ੍ਰਤਾਪ ਸਿੰਘ ਬਾਜਵਾ, ਹੁਸ਼ਿਆਰਪੁਰ ਦੇ ਸੁੰਦਰ ਅਰੋੜਾ ਦੇ ਘਰ ਇਹ ਮੁਲਾਕਾਤ ਹੋਈ ਹੈ। ਬੀਜੇਪੀ ਲੀਡਰ ਨੇ ਸੁੰਦਰ ਸ਼ਾਮ ਅਰੋੜਾ ਦੇ ਨਾਲ ਮੁਲਾਕਾਤ ਤੇ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਆਇਆ। ਉਹਨਾਂ ਦਾ ਕਹਿਣਾ ਕਿ ਮੇਰੀ ਅਰੋੜਾ ਦੇ ਨਾਲ ਸਿਆਸੀ ਮੁਲਾਕਾਤ ਨਹੀਂ ਸੀ, ਸਾਡੇ ਪਰਿਵਾਰਕ ਸੰਬੰਧ ਹੈ, ਉਹਨਾਂ ਦਾ ਹਾਲ ਜਾਣਨ ਦੇ ਲਈ ਆਇਆ ਸੀ। ਕਾਂਗਰਸ ਛੱਡ ਕੇ ਦਰਅਸਲ ਸੁੰਦਰ ਸ਼ਾਮ ਅਰੋੜਾ ਕਿਉਂ ਕਿ ਬੀਜੇਪੀ ਦੇ ਵਿੱਚ ਚਲੇ ਗਏ ਸਨ, ਕੈਪਟਨ ਸਰਕਾਰ ਵੇਲੇ ਜਦੋਂ ਪਿਛਲੀ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਮੰਤਰੀ ਵੀ ਸਨ, ਮੰਤਰੀ ਮੰਡਲ ਦਾ ਹਿੱਸਾ ਵੀ ਸਨ ਸੁੰਦਰ ਸ਼ਾਮ ਅਰੋੜਾ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਅਤੇ ਇਸ ਦੇ ਵਿਚਾਲੇ ਇਹ ਮੁਲਾਕਾਤ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਘਰ ਪਹੁੰਚੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ। ਹਾਲਾਂਕਿ ਮੁਲਾਕਾਤ ਇਹ ਜ਼ਰੂਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੇਰੀ ਅਰੋੜਾ ਦੇ ਨਾਲ ਸਿਆਸੀ ਮੁਲਾਕਾਤ ਨਹੀਂ ਸੀ, ਸਾਡੇ ਪਰਿਵਾਰਕ ਸੰਬੰਧ, ਉਹਨਾਂ ਦਾ ਹਾਲ ਜਾਣਨ ਆਇਆ ਸੀ। ਕਾਂਗਰਸ ਛੱਡ ਕੇ ਦਰਅਸਲ ਸੁੰਦਰ ਸ਼ਾਮ ਅਰੋੜਾ ਜੋ ਕਿ ਬੀਜੇਪੀ ਦੇ ਵਿੱਚ ਗਏ ਨੇ, ਤਾਂ ਉਹਨਾਂ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਘਰ ਜਾ ਕੇ ਇਹ ਮੁਲਾਕਾਤ ਕੀਤੀ। ਆਪਣੇ ਘਰ ਆਇਆ, ਸ਼ਾਮ ਸੁੰਦਰ ਜੀ ਮੇਰੇ ਤਾਂ ਪਰਿਵਾਰ ਦੇ ਜੀ ਨੇ, ਪੁਰਾਣੇ ਕੁਲੀਗ ਨੇ, ਹੁਣ ਵੀ ਕੁਲੀਗ ਨੇ, ਪਾਰਟੀ ਭਾਵੇਂ ਕੋਈ ਹੋਏ। ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਉਹ ਹਮੇਸ਼ਾ ਕਾਇਮ ਰਹਿੰਦੇ, ਤੋ ਹੀ ਇਜ਼ ਲਾਈਕ ਮਾਈ ਯੰਗ ਬ੍ਰਦਰ। ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅਤ ਠੀਕ ਨਹੀਂ ਸੀ, ਅਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ 'ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋਲ ਰੋਕ ਕੇ ਚਾਹ ਦਾ ਕੱਪ ਤੁਹਾਡੇ ਕੋਲ ਪੀ ਕੇ ਜਾਊਂਗਾ। ਸੋ ਮੈਂ ਵਾਅਦਾ ਹੀ ਆਪਣਾ ਪੂਰਾ ਕੀਤਾ, ਇਸ ਤੋਂ ਵੱਧ ਇਹਦੇ 'ਤੇ ਕੋਈ ਬਹੁਤਾ
ਸੋਚਣ ਵਿਚਾਰ ਵਾਲੇ ਘਰ ਵਾਪਸੀ ਦੇ ਮੇਰੀ ਸੁਣੋ ਕਦੀ ਅਸੀਂ ਨਾ ਤਾਂ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤਾਂ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤਾਂ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤਾਂ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਅੱਜ ਤਾਂ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਅਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਅਕਾਲੀ ਦਲ 'ਚ ਨੇ ਕੋਈ ਭਾਜਪਾ 'ਚ ਨੇ ਕੋਈ ਕਾਂਗਰਸ 'ਚ ਨੇ ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲ ਆਪਣਾ ਰੱਖਦੇ ਹਾਂ ਮਿਲ ਕੇ ਰੱਖਦੇ ਹਾਂ ਕਿ ਇਹ ਜ਼ਰੂਰੀ ਥੋੜ੍ਹਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ ਨਹੀਂ ਨਹੀਂ ਅਜੇ ਇਹੋ ਜਿਹੀ ਕੋਈ ਗੱਲ ਨਹੀਂ ਇਹੋ ਜਿਹੀ ਕੋਈ ਗੱਲ ਵੇਖੋ ਇਹ ਤਾਂ ਜਦੋਂ ਮਨ ਇਹਨਾਂ ਦਾ ਹੋਏਗਾ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ 'ਤੇ ਰੁਕ ਕਰਾਂਗੇ ਅਗਲੀ ਖਬਰ ਦਾ ਚੰਡੀਗੜ੍ਹ ਦੇ ਵਿੱਚ ਟਾਵਰ 'ਤੇ ਚੜ੍ਹੇ ਨੌਜਵਾਨ ਨੂੰ ਉਤਾਰ ਲਿਆ ਗਿਆ ਪੁਲਿਸ ਨੇ ਹਾਈਡ੍ਰੋਲਿਕ ਕਰੇਨ ਦੀ ਮਦਦ ਦੇ ਨਾਲ ਨੌਜਵਾਨ ਨੂੰ ਹੇਠਾਂ ਉਤਾਰਿਆ ਸੈਕਟਰ 17 ਬੱਸ ਸਟੈਂਡ ਨੇੜੇ ਟਾਵਰ 'ਤੇ ਦਸਾਂ ਨੌਜਵਾਨ ਚੜ੍ਹ ਗਿਆ ਸੀ ਵਾਰ ਵਾਰ ਅਪੀਲ ਦੇ ਬਾਵਜੂਦ ਨੌਜਵਾਨ ਨਹੀਂ ਸੀ ਉੱਤਰ ਰਿਹਾ ਅਤੇ ਜ਼ਮੀਨ ਵਿਵਾਦ ਨੂੰ ਲੈ ਕੇ ਸਿਆਮਾਨ ਨੂੰ ਮਿਲਣ ਦੀ ਜੋ ਕਿ ਜ਼ਿੱਦ ਕਰ ਰਿਹਾ ਸੀ ਕਈ ਘੰਟੇ ਟਾਵਰ 'ਤੇ ਚੜ੍ਹਿਆ ਰਿਹਾ ਨੌਜਵਾਨ ਹਰਿਆਣਾ ਅਤੇ ਚੀਨ ਦਾ ਜੋ ਕਿ ਰਹਿਣ ਵਾਲਾ ਹੈ ਉਸਦਾ ਮਾਨਸਾ ਦੇ ਵਿੱਚ ਕੋਈ ਪ੍ਰੋਪਰਟੀ ਦਾ ਵਿਵਾਦ ਚੱਲ ਰਿਹਾ ਜਿਸ ਨੂੰ ਲੈ ਕੇ ਉਹ ਸਿਆਮਾਨ ਨੂੰ ਮਿਲਣ ਦੀ ਮੰਗ ਕਰ ਰਿਹਾ ਚੰਡੀਗੜ੍ਹ ਦੀਆਂ ਦਰਅਸਲ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਟਾਵਰ 'ਤੇ ਚੜ੍ਹੇ ਨੌਜਵਾਨ ਨੂੰ ਕਿਸ ਤਰੀਕੇ ਦੇ ਨਾਲ ਹੇਠਾਂ ਉਤਾਰਿਆ ਗਿਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਹਾਈਡ੍ਰੋਲਿਕ ਕਰੇਨ ਦੀ ਮਦਦ ਦੇ ਨਾਲ ਨੌਜਵਾਨ ਨੂੰ ਹੇਠਾਂ ਉਤਾਰਿਆ ਜਾਂਦਾ ਸੈਕਟਰ 17 ਬੱਸ ਸਟੈਂਡ ਦੇ ਨੇੜੇ ਦਰਅਸਲ ਇਹ ਨੌਜਵਾਨ ਅਚਾਨਕ ਸਵੇਰੇ ਟਾਵਰ 'ਤੇ ਚੜ੍ਹ ਜਾਂਦਾ ਵਾਰ ਵਾਰ ਅਪੀਲ ਦੇ ਬਾਵਜੂਦ ਨੌਜਵਾਨ ਹੇਠਾਂ ਨਹੀਂ ਉਤਰਦਾ ਅਤੇ ਉਸ ਤੋਂ ਬਾਅਦ 'ਚ ਪ੍ਰਸ਼ਾਸਨ ਜੋ ਕਿ ਹਰਕਤ ਦੇ ਵਿੱਚ ਆਉਂਦਾ ਅਤੇ ਹਾਈਡ੍ਰੋਲਿਕ ਕਰੇਨ ਦੀ ਮਦਦ ਦੇ ਨਾਲ ਉਸਨੂੰ ਹੇਠਾਂ ਉਤਾਰਿਆ ਜਾਂਦਾ